ਸਬਸਕ੍ਰਾਈਬ ਕਰੋ ਪੰਜਾਬ ਐਚਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ। ਹੁਣ ਟਾਈਮ ਹੈ ਸੌਣ ਦਾ ਤੇ ਸਾਡਾ ਘਰ ਵੀ ਹੈਗਾ, ਜੱਟ ਲੱਗਿਆ ਸੌਣ। ਖੁਸ਼ ਰਹੋ, ਜਿਉਂਦੇ ਵਸਦੇ ਰਹੋ, ਅੱਤ ਕਰਾਓ, ਲਵ ਯੂ। ਉਹ ਇੱਕ ਯਾਰ ਇੱਕ ਉਹ ਮੁੰਡਾ ਹਰਮਨ ਜੀਵਾ, ਉਹ ਵੀ ਘੈਂਟ ਆ। ਚਲੋ ਕੋਈ ਕਹੀ ਜਾਂਦਾ ਵੀ ਚਲੋ ਮਾੜਾ ਗਲਤ ਆ, ਪਰ ਠੀਕ ਹੈ ਯਾਰ, ਐਂਟਰਟੇਨਮੈਂਟ ਥੋੜਾ ਕਰਾਈ ਜਾਂਦਾ ਦੈਟਸ ਇਟ, ਕਿਉਂਕਿ ਰੋਂਦੇ ਬੰਦੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਆ। ਸੋ ਉਹਦੇ ਵਾਲਾ ਡਾਇਲੋਗ ਮੈਂ ਮਾਰਦਾ, ਲਵ ਯੂ ਆਲ ਏ ਜੀ ਸਾਰਿਆਂ ਨੂੰ। ਕੈਨੇਡਾ ਨਾ ਨਾ ਟੋਰਾਂਟੋ ਮੈਲਬੋਰਨ ਆਸਟ੍ਰੇਲੀਆ ਕੈਨੇਡਾ ਅਮਰੀਕਾ ਮੈਲਬੋਰਨ ਕਹਿੰਦੇ ਥਾਈਲੈਂਡ ਕਹਿੰਦਾ ਯਾਰ ਘੈਂਟਾ ਚੀਮਾ ਸਾਹਿਬ, ਘੈਂਟ ਬੰਦਾ ਤੂੰ ਯਾਰ, ਰੂਹ ਤਾਂ ਤੇਰੀ ਖੁਸ਼ ਆ, ਦੈਟਸ ਇਟ ਯੋ ਹਨਾ ਯੋ। ਮੈਂ ਵੀ ਵੀਰੇ ਭਾਵੇਂ ਗਾਉਣ ਵਾਲਾ ਤੇਰੇ ਦੇਖ ਟੈਲੈਂਟ ਨਹੀਂ ਹੈਗਾ, ਪਰ ਇੱਕ ਲੋਕਾਂ ਨੂੰ ਹਸਾਉਣਾ ਮਿਹਨਤ, ਠੀਕ ਹੈ, ਅੱਜ ਤੂੰ ਵਾਇਰਲ ਤਾਂ ਹੈਗਾ, ਦੈਟਸ ਇਟ ਆਈ ਬਹੁਤ ਆ, ਜਿਉਂਦਾ ਵੱਸਦਾ ਰਿਹਾ ਚੀਮਾ। ਜੇ ਗਾਉਣਾ ਆ ਤਾਂ ਵਧੀਆ ਉਸਤਾਦ ਲੈ ਕੇ ਸਾਰਾ ਕੁਛ ਉਹ ਚੀਜ਼ਾਂ, ਕਿਉਂਕਿ ਜਿਹੜਾ ਬੰਦਾ ਤੈਨੂੰ ਸੰਭਾਲ ਰਿਹਾ ਇੰਦਰ ਪੰਡੋਰੀ, ਉਹ ਮੇਰਾ ਘੈਂਟ ਯਾਰ ਹੈ, ਮੇਰੀ ਜਿੰਦ ਜਾਣ ਹੈ, ਕਿਉਂਕਿ ਮੈਂ ਇੰਦਰ ਪੰਡੋਰੀ ਦੇ ਗਾਣੇ ਨੱਕਾ ਕੌਣ ਮੋੜਦਾ ਜੇਲ੍ਹਾਂ ਚ ਫੋਨ ਹੋਣ ਕੇ ਇੰਦਰ ਦੇ ਗਾਏ ਆ। ਸੋ ਬੰਦਾ ਸਿਆਣਾ ਤੈਨੂੰ ਆਪੇ ਸੰਭਾਲ ਲੂਗਾ। ਸੋ ਗਾਇਜ਼ ਲਵ ਯੂ ਤੇ ਸਸ। ਬਾਕੀ ਬਹੁਤ ਮੈਸੇਜਸ, ਮਾਈ ਫੇਵਰੇਟ ਮਨਕੀਰਤ, ਤੁਸੀਂ ਆਤੇ ਹੋ, ਥੈਂਕ ਯੂ ਜੀ। ਮੈਂ ਕੱਖ ਵੀ ਨਹੀਂ, ਮੈਂ ਅੱਜ ਜਿਉਂ ਆ ਤੁਹਾਡੇ ਸਾਰਿਆਂ ਕਰਕੇ, ਆਪਦੇ ਸਰੋਤਿਆਂ ਕਰਕੇ, ਆਪਦੇ ਫੈਨਸ ਕਰਕੇ। ਤੇ ਬਾਕੀ ਜ਼ਿੰਦਗੀ ਬੜੀ ਵੱਡੀ ਚੀਜ਼ ਆ, ਹੌਲੀ ਹੌਲੀ ਸਮਝ ਆਉਂਦੀ ਆ ਇਹਦੀ। ਅੱਜ ਲਿਖਿਆ ਜਿਹੜਾ ਵੈਨਕੂਵਰ ਲੰਘ ਗਿਆ ਹਨਾ, ਜ਼ਿੰਦਗੀ ਤਰਸਦੇ ਸੀ ਕਦੇ ਅਸੀਂ ਵੀ ਕੈਨੇਡਾ ਆਵਾਂਗੇ, ਕਦੇ ਇੰਨੇ ਜੋਗੇ ਹੋਵਾਂਗੇ, ਪਰ ਮਿਹਨਤ ਕੀਤੀ, ਅੱਜ ਕੈਨੇਡਾ ਅਮੈਰੀਕਾ ਆਸਟ੍ਰੇਲੀਆ ਸਾਰੇ ਮੁਲਕਾਂ ਚ ਜਦੋਂ ਆਪਦਾ ਬੰਦਾ ਏਅਰਪੋਰਟਾਂ ਦੇ ਉੱਤਰੀ ਦਾ, ਤੇ ਜਿਹੜਾ ਪੰਜਾਬੀ ਬੰਦਾ ਹੁੰਦਾ ਮੁਨਕਿਰ ਤੌਲਖ, ਜਦੋਂ ਐਂ ਕਹਿ ਦਿੰਦਾ ਨਾ, ਰੂਹ ਨੂੰ ਸਕੂਨ ਮਿਲਦਾ। ਸੋ ਮੈਂ ਜਿਹੜੇ ਮੇਰੇ ਯੰਗਸਟਰ ਭਰਾ ਆ ਨਿੱਕੀਆਂ ਉਮਰ ਵਾਲਿਆਂ, ਉਹਨਾਂ ਨੂੰ ਇੱਕ ਗੱਲ ਕਹਿੰਦਾ, ਤੁਹਾਡੀ ਉਮਰ ਨਿਆਣੀ ਹੈ, ਐਸੀ ਮਿਹਨਤ ਕਰੋ ਵੀ ਦੁਨੀਆ ਤੁਹਾਡੇ ਕੋਲੇ ਚਾਚੇ ਤਾਏ ਮਾਮੇ ਨਾਨਕੇ ਮਾਸੀਆਂ ਆਈ ਭੂਆ ਆਈ ਨਾ ਤੁਹਾਨੂੰ ਕਹਿਣ, ਦੁਨੀਆ ਕਵੇ ਵੀ ਇਹ ਸਾਡਾ ਬੱਚਾ ਆ। ਸੋ ਗਾਇਜ਼ ਮਨਕਿਰ ਤੌਲਖ ਆ ਮਿਹਨਤ ਕਰਕੇ ਅੱਜ ਅੱਗੇ ਆਇਆ ਆ, ਜਿਨ੍ਹਾਂ ਨੂੰ ਤੇ ਜਿੱਦਾਂ ਤੁਸੀਂ ਮਿਹਨਤ ਕਰੋਗੇ ਤੁਹਾਡੇ ਦੁਸ਼ਮਣ ਵੀ ਲੱਖਾਂ ਬਣਨਗੇ। ਸੋ ਪਰਮਾਤਮਾ ਨੂੰ ਇੱਕ ਚੀਜ਼ ਕਿਹੋ ਵੀ ਦੁਸ਼ਮਣ ਵੀ ਖੁਸ਼ ਰਹਿਣ। ਸੋ ਦਿਲ ਤੁਹਾਡਾ ਤਕੜਾ ਹੋਣਾ ਚਾਹੀਦਾ ਵੀ ਤੁਸੀਂ ਕੀ ਆ, ਇਹ ਵਾਹਿਗੁਰੂ ਨੂੰ ਪਤਾ। ਬਿਕੋਜ਼ ਜੇ ਤੁਹਾਡੇ ਕੋਈ ਚਾਰ ਦੁਸ਼ਮਣ ਬਣਨਗੇ ਤਾਂ ਹੀ ਤੁਹਾਡੀ ਚੜ੍ਹਾਈ ਆ। ਇਹ ਜੱਗ ਦੀਆਂ ਗੱਲਾਂ, ਇਹ ਰੀਤੀ ਗੱਲਾਂ ਆ, ਠੀਕ ਹੈ। ਇਹ ਮੈਨੂੰ ਵੀ ਹੁਣ ਸਮਝ ਆਈ, ਨਹੀਂ ਤਾਂ ਮੈਨੂੰ ਹੁੰਦਾ ਸੀ ਵੀ ਜੇ ਕੋਈ ਬੰਦਾ ਯਾਰ ਮਨਕਿਰ ਸਿਆ, ਤੇਰਾ ਦਿਲ ਇੰਨਾ ਸਾਫ ਆ, ਦੁਨੀਆ ਆਹ ਬੰਦਾ ਯਾਰ ਤੇ ਲੱਗਦਾ ਕਿਹੜੀ ਗੱਲੋਂ, ਗੱਲਾਂ ਚੋਂ ਗੱਲਾਂ ਨਿਕਲਦੀਆਂ ਹੌਲੀ ਹੌਲੀ, ਜ਼ਿੰਦਗੀ ਇੱਕ ਬੰਦੇ ਨੂੰ ਸਿਆਣਾ ਕਰਦੀ ਹੈ। ਸੋ ਮੇਰੇ ਇੱਕ ਮੈਸੇਜ ਯੰਗਸਟਰ ਨੂੰ ਆ, ਇਹ ਸਿਆਣੀਆਂ ਗੱਲਾਂ, ਇਹ ਚੀਜ਼ਾਂ ਇਹ ਕਦੋਂ ਆਉਣੀਆਂ, ਜਿੱਦਣ ਤੁਸੀਂ ਮਿਹਨਤ ਕੀਤੀ। ਸੋ ਸਟਰਗਲ ਕਰੋ, ਮਿਹਨਤ ਕਰੋ, ਦੱਬ ਕੇ ਤੇ ਅੱਤ ਕਰਾਓ, ਦੈਟਸ ਇਟ। ਇਹ ਮਨਕਿਰ ਤੌਲਖ ਨਾਮ ਪਿੱਛੇ ਇਹ ਸਾਰਾ ਕੁਛ ਆ ਵੀ ਮਿਹਨਤ ਕਰੋ, ਸਾਰਾ ਕੁਛ ਕਰੋ ਤੇ ਲਵ ਯੂ ਗਾਇਜ਼, ਇੰਨਾ ਪਿਆਰ ਦੇਣ ਲਈ, ਇੰਨਾ ਕੁਛ ਕਰਨ ਲਈ। ਸੋ ਅੱਜ ਜੋ ਆ ਤੁਹਾਡੇ ਕਰਕੇ ਆ, ਤੇ ਤੁਹਾਡੇ ਕਰਕੇ ਹੀ ਗਾਊਂਗਾ। ਤੇ ਸੋ ਮੇਰੇ ਨਾਲ ਅੰਮ੍ਰਿਤਪਾਲ ਬਾਠ, ਨਿੱਕੀ ਉਮਰ ਚ ਇੰਨਾ ਕਾਮਯਾਬ ਹੋਣ ਵਾਲਾ ਬੰਦਾ, ਠੀਕ ਹੈ। ਤੇ ਘਰ ਜਦੋਂ ਅੰਮ੍ਰਿਤਪਾਲ ਦੀ ਮੈਂ ਗੱਲ ਦੱਸਾਂ, ਜੋ ਘਰ ਦੇ ਕਹਿੰਦੇ ਸੀ ਅੰਮ੍ਰਿਤਪਾਲ ਜਦੋਂ 15 ਸਾਲਾਂ ਦਾ ਹੋਇਆ, ਤੂੰ ਕਿਤੇ ਸਟੋਰ ਤੇ ਕੰਮ ਕਰਨ ਲੱਗ ਜਾ, ਤੂੰ ਕਿਤੇ ਲੱਗ ਜਾ, ਪਰ ਨਹੀਂ, ਇਹ ਕਹਿੰਦਾ ਹੁੰਦਾ ਸੀ ਮੈਂ ਆਪਦਾ ਕੰਮ ਕਰੂੰਗਾ। ਸੋ ਅੱਜ ਆਲ ਓਵਰ ਕੈਨੇਡਾ, ਅਮਰੀਕਾ, ਬਾਰਸੈਲੋ, ਨੈਂਡੋਜ਼, ਤੇ ਇਹ ਮੈਨੂੰ ਸਵਾਲ ਜਿਹੜਾ ਆਲ ਓਵਰ ਕੈਨੇਡਾ, ਅਮਰੀਕਾ, ਬਾਰਸੈਲੋ ਚਿਕਨ, ਸਾਰਿਆਂ ਦੀ ਜੋ ਫਰੈਂਚਾਈਆਂ ਉਹ ਭਰਾ ਕੋਲ ਆ, ਠੀਕ ਹੈ। ਨਿੱਕੀ ਉਮਰ ਅੱਜ ਦੋਵੇਂ ਆ, ਮੈਂ ਆਪਦੀ ਕਲਾਕਾਰੀ ਚ, ਇਹਨੇ ਆਪਦੇ ਬਿਜ਼ਨਸ ਚ। ਇੱਕ ਸਾਡਾ ਭਰਾ ਕਬੱਡੀ ਖੇਡਣ ਗਿਆ ਹੋਇਆ ਟੋਰਾਂਟੋ, ਖੁਸ਼ਦੀਪ ਸਿੰਘ, ਖੁਸ਼ੀ ਦੜਬਾ, ਅਸੀਂ 4-5 ਬੇਲੀਆਂ ਜਿਹੜੇ ਪੱਕੇ ਆ। ਤੇ ਸੋ ਮਿਹਨਤ ਕਰਕੇ ਅੱਗੇ ਆਏ ਆ। ਸੋ ਗਾਇਜ਼ ਨਵੇਂ ਯੰਗਸਟਰ, ਇਹ ਜਿਹੜਾ ਮੁੰਡਾ ਬਦਨਾਮ ਹੋ ਗਿਆ ਕੁਛ ਆ, ਇਹ ਮੁੰਡੇ ਨੂੰ ਬਦਨਾਮ ਹੋਣ ਤੋਂ ਬਚਾਉਣਾ ਵੀ ਤੁਸੀਂ ਆ। ਤੇ ਅੱਜ ਤੁਹਾਨੂੰ ਇੱਕ ਹੀ ਗੱਲ ਕਹਿੰਦਾ ਵੀ ਮਨਕਿਰ ਤੌਲਖ ਨਾਂ ਪਿੱਛੇ ਜੋ ਮਿਹਨਤ ਆ, ਜੋ ਗੱਲਬਾਤ ਆ, ਉਹ ਇੱਕ ਸਟਰਗਲ ਆ, ਉਹ ਜੇ ਤੁਸੀਂ ਕਰੋਗੇ ਤਾਂ ਮੇਰੇ ਸੋਨੂੰ ਦੀ,
खुशी दी या वड्डे वड्डे जिन्हां ने अचीवमेंट अपनी लाइफ च पाईआं ते उहनां नूं फॉलो करन वास्ते मेहनत आ सो दब के करो। लव यू गाइज। ते हुण कनेडा हो गई रात आपां बिकॉज मैं गाना आपके ऑफिशियली यूट्यूब चैनल से पाया तो उन्होंने इन्ना प्यार मिले मैं ता करके एक्साइटेड हाँ तो मैं वीडियो थोड़े सारे सामने शेयर करी जाना भी वो वीडियो मैनू सी भी मैं जो किसी वड्डी कंपनी ताई पाउणा ताई इन्ने व्यूज मिलते हैं। अज मैं आपकी आपकी प्रोडक्शन आपके मनकीरत आला चैनल थानी ये वीडियो पाई तो इन्ना प्यार मिलया एक भी नैगेटिव कोई कमेंट नहीं तो रूह खुश होगी। सो गाइज दब गए अजे जो थोड़े करके हाँ सोलवां भी टप्पिया ਸਤਾਰਵਾਂ ਵੀ ਟੱਪਿਆ ਤੇ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ। ਦੱਬ ਕੇ ਸ਼ੇਅਰ ਕਰ ਦੋ ਤੇ ਲਵ ਯੂ ਗਾਇਜ਼। ਤੇ ਹੁਣ ਫੇਸਬੁੱਕ ਤੇ ਲਾਈਵ ਬਹੁਤ ਹੋ ਗਿਆ ਆਮ ਸੋ ਟਾਇਰਡ। ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕੋਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ।